ਜੀ ਸਰ, ਇੱਕ ਸੋਸ਼ਲ ਮੀਡੀਆ 'ਤੇ ਤੁਹਾਡੇ ਵੱਲੋਂ ਪੋਸਟ ਪਾਈ ਗਈ ਹੈ ਕਿ 15 ਅਗਸਤ ਵਾਲੇ ਦਿਨ ਤੁਹਾਨੂੰ ਜਿਹੜਾ ਅੰਦਰ ਨਹੀਂ ਜਾਣ ਦਿੱਤਾ ਗਿਆ, ਕੀ ਮਾਮਲਾ ਕੀ ਸੀਗਾ ਸਰ? ਪਹਿਲੀ ਗੱਲ ਤਾਂ ਇਹ ਬਹੁਤ ਮੰਦਭਾਗੀ ਘਟਨਾ ਹੈ, ਅਨਫਾਰਚੁਨੇਟ ਇੰਸੀਡੈਂਸ ਮੈਂ ਕਹੂੰਗਾ ਇਹਨੂੰ। ਕੱਲ੍ਹ 8:58 'ਤੇ ਸਾਡੇ ਜਿਹੜੇ ਚੀਫ ਗੈਸਟ ਸੀ, ਸਾਡੇ ਕੈਬਨਿਟ ਮੰਤਰੀ ਸਰਦਾਰ ਬਲਕਾਰ ਸਿੰਘ, ਉਹਨਾਂ ਨੇ ਝੰਡਾ ਚਲਾਉਣਾ ਸੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ PAU ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੈ, ਇੱਕ ਜ਼ਿਲ੍ਹਾ ਪੱਧਰੀ ਫੰਕਸ਼ਨ ਸੀਗਾ। ਮੈਂ 8:40 'ਤੇ ਚਲਿਆ ਗਿਆ ਸੀਗਾ ਉੱਥੇ, ਪਰ ਜੋ ਪੁਲਿਸ ਦੇ ਇੱਕ ਥਾਣੇਦਾਰ ਸੀ, ਦੋਨਾਂ ਦਾ ਨਾਂ ਹੀ ਜਸਪਾਲ ਸਿੰਘ ਸੀਗਾ, ਉਹਨਾਂ ਨੇ ਕਿਹਾ ਕਿ ਤੁਹਾਡਾ ਨਾਂ ਲਿਸਟ 'ਚ ਹੈ ਨਹੀਂ ਗਾ, ਇਸ ਕਰਕੇ ਤੁਸੀਂ ਅੰਦਰ ਨਹੀਂ ਜਾ ਸਕਦੇ। ਮੈਂ ਉਹਨਾਂ ਨੂੰ ਆਪਣਾ VIP ਜਿਹੜਾ ਪਾਸ ਸੀ ਉਹ ਵੀ ਦਿਖਾਇਆ। ਉਹਨਾਂ ਨੂੰ ਇਹ ਵੀ ਕਿਹਾ ਕਿ ਮੇਰੇ ਕੋਲ ਆਈ ਕਾਰਡ ਹੈ ਸਿਵਲ ਸਰਜਨ, ਜੇ ਤੁਸੀਂ ਵੈਰੀਫਾਈ ਕਰਨਾ ਚਾਹੁੰਦੇ ਹੋ ਇਹ ਵੀ ਕਰ ਲਓ। ਅਤੇ ਪਰ ਉਹਨਾਂ ਦੇ 'ਚੋਂ ਇੱਕ ਜਣੇ ਨੇ ਮੇਰੀ ਮਤਲਬ ਕਿ ਬਾਂਹ ਫੜ ਕੇ ਕਹਿੰਦਾ ਜੀ ਤੁਸੀਂ ਇੱਧਰ ਹੋਵੋ, ਪਾਸੇ ਚੱਲੋ। ਅਤੇ ਮੇਰੇ ਡਿਪਟੀ ਮਾਸ ਮੀਡੀਆ ਨਾਲ ਸੀ, ਸਾਡੇ ਡਿਸਟ੍ਰਿਕਟ ਐਪੀਡੋਮੋਲੋਜਿਸਟ ਨਾਲ ਸੀ, ਸਾਡੇ ਇੱਕ ਸੈਨੇਟਰੀ ਇੰਸਪੈਕਟਰ ਨਾਲ ਸੀ, ਉਹਨਾਂ ਨੇ ਵੀ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਿਵਲ ਸਰਜਨ ਸਾਹਿਬ ਨੇ, ਪਰ ਉਹਨਾਂ ਵੰਡੇ ਕੋਈ ਪਰਵਾਹ ਨਹੀਂ ਕੀਤੀ। ਅਤੇ ਬਦਕਿਸਮਤੀ ਨਾਲ ਮੇਰੇ ਸਾਹਮਣੇ ਖੜ੍ਹੇ ਖੜ੍ਹੇ 10 ਤੋਂ 15 ਇਹੋ ਜਿਹੇ ਗੈਸਟ ਅੰਦਰ ਜਾਣ ਦਿੱਤੇ ਗਏ, ਜਿਨ੍ਹਾਂ ਦੇ ਨਾ ਤਾਂ ਪਾਸ ਚੈੱਕ ਕੀਤੇ ਗਏ, ਨਾ ਆਈ ਕਾਰਡ ਚੈੱਕ ਕੀਤੇ ਗਏ। ਨੈਚੁਰਲੀ ਮੈਨੂੰ ਲੱਗਿਆ ਕਿ ਇਹ ਇੱਕ ਮੇਰੀ ਵਿਅਕਤੀਗਤ ਤੌਰ 'ਤੇ ਨਹੀਂ, ਇੱਕ ਸਿਵਲ ਸਰਜਨ ਦੇ ਅਹੁਦੇ ਦੀ ਮਤਲਬ ਕਿ ਤੋਹੀਨ ਹੈ। ਅਤੇ ਮੈਂ ਉੱਥੇ ਕੋਈ ਮਤਲਬ ਕਿ ਰਿਐਕਟ ਨਹੀਂ ਕੀਤਾ। ਮੈਂ ਨਹੀਂ ਸੀ ਚਾਹੁੰਦਾ ਕਿ ਇਸ ਜਿਹੜਾ ਇੱਕ ਨੈਸ਼ਨਲ ਡੇ ਆਪਣਾ ਕੌਮੀ ਦਿਹਾੜਾ ਹੈਗਾ, ਇਹਦੀ ਗ੍ਰੇਸ ਖਰਾਬ ਕੀਤੀ ਜਾਵੇ। ਮੈਂ ਚੁੱਪ ਕਰਕੇ ਕਾਰ ਦੇ ਵਿੱਚ ਆ ਕੇ ਬੈਠ ਗਿਆ, ਸਾਡੀ ਐਂਬੂਲੈਂਸ ਦੇ ਨਾਲ ਉੱਥੇ ਖੜ੍ਹੀ ਸੀਗੀ। ਅਤੇ ਜਿਉਂ ਹੀ ਰਾਸ਼ਟਰੀ ਗੀਤ ਆ ਜਿਹੜਾ ਆਪਣਾ ਖਤਮ ਹੋਇਆ, ਅਸੀਂ ਉਹਨੂੰ ਡਿਊ ਰਿਸਪੈਕਟ ਦਿੰਦੇ ਹੋਏ ਖੜ੍ਹੇ ਹੋ ਕੇ ਮਤਲਬ ਕਿ ਉਹਦਾ ਰਾਸ਼ਟਰੀ ਗੀਤ ਸੁਣਿਆ ਉੱਥੇ, ਉਹਦੇ 'ਚ ਪਾਰਟੀਸਪੇਸ਼ਨ ਕੀਤੀ। ਅਤੇ ਮੈਂ ਦਫ਼ਤਰ ਆ ਕੇ ਇੱਕ ਰਿਟਰਨ ਕੰਪਲੇਂਟ ਸਾਡੇ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਭੇਜਤੀ। ਅਤੇ ਉਹਨਾਂ ਵੱਲੋਂ ਮਤਲਬ ਕਿ ਐਕਸ਼ਨ ਲੈਂਦੇ ਹੋਏ, ਇੱਕ ਤਾਂ ਜਿਹੜੇ SNM ਵਿਕਾਸ ਹੀਰਾ ਜੀ ਸੀ ਉਹਨਾਂ ਦੀ ਡਿਊਟੀ ਲਾਈ, ਅਤੇ ਇੱਕ ਜਿਹੜਾ ਲੈਟਰ ਸੀਗਾ ਉਹ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਲਿਖ ਕੇ ਭੇਜਿਆ ਗਿਆ, ਜਿਨ੍ਹਾਂ 'ਤੇ ਕਾਰਵਾਈ ਕਰਦੇ ਹੋਏ ਦੋਨੇ ਥਾਣਾਦਾਰਾਂ ਨੂੰ ਅੱਜ ਸਸਪੈਂਡ ਕਰ ਦਿੱਤਾ ਗਿਆ। ਨਹੀਂ, ਹੱਥੋਂ ਪਾਈ ਕੋਈ ਨਹੀਂ ਹੋਈ, ਸਿਰਫ ਉਹਨੇ ਮੇਰੀ ਬਾਂਹ ਫੜ ਕੇ ਇੱਕ ਡਿਸਗ੍ਰੇਸਫੁੱਲ ਤਰੀਕੇ ਨਾਲ ਉਹਨੇ ਮੈਨੂੰ ਬਾਹਰ ਕੀਤਾ। ਅਤੇ ਜਿਵੇਂ ਮੈਂ ਪਹਿਲਾਂ ਕਿਹਾ, ਨਾਲ ਹੀ ਜਿਹੜੇ 10-15 ਗੈਸਟ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੇ ਨਾਮ ਪਾਸ ਚੈੱਕ ਕੀਤੇ ਗਏ ਉੱਥੇ, ਅਤੇ ਨਾ ਹੀ ਮਤਲਬ ਕਿ ਵੀ ਆਪਣਾ ਕੀ ਕਹਿੰਦੇ ਹੁੰਦੇ ਨੇ ਉਹਦੇ ਆਈ ਕਾਰਡ ਚੈੱਕ ਕੀਤੇ ਗਏ। ਸਰ, ਕੀ ਇੰਟੈਂਸ਼ਨ ਕੀ ਲੱਗਦੀ ਸੀ, ਕਿਉਂਕਿ ਤੁਸੀਂ ਜਿੱਦਾਂ ਦੱਸ ਰਹੇ ਹੋ ਕਿ VIP ਕਾਰਡ ਵੀ ਦਿਖਾਇਆ, ਤੁਸੀਂ ਸਾਰਾ ਕੁਝ ਦਿਖਾਇਆ, ਫਿਰ ਕਿਉਂ ਨਹੀਂ ਜਾਣ ਦਿੱਤਾ ਗਿਆ ਤੁਹਾਨੂੰ? ਅਤੇ ਮੈਂ ਤਾਂ ਇਹਦੇ 'ਚ ਇਹੀ ਕਹੂੰਗਾ ਕਿ ਉਹਨਾਂ ਵਿਅਕਤੀਆਂ ਦੀ ਕਹਿ ਲਓ ਮਤਲਬ ਕਿ ਵੀ ਇੱਕ ਇਨਸੈਂਸਿਟਿਵਿਟੀ ਜਿਹੜੀ ਹੁੰਦੀ ਹੈ ਉਹ ਝਲਕਦੀ ਹੈ। ਅਤੇ ਇੱਕ ਸਿਵਲ ਸਰਜਨ ਜ਼ਿਲ੍ਹਾ ਪੱਧਰ ਦਾ ਔਫਿਸਰ ਹੋਵੇ, ਅਤੇ ਉਹ ਦੂਸਰੇ ਪਾਸੇ ਇੱਕ ਜਿਹੜਾ ਮੈਂ ਫਿਜੀਕਲੀ ਵੀ ਡਿਸੇਬਲਡ ਹਾਂ, ਮੈਂ ਨਾ ਵੀ ਕੋਈ ਔਫਿਸਰ ਕੇਡਰ ਦਾ ਹੁੰਦਾ, ਇੱਕ ਫਿਜੀਕਲੀ ਡਿਸੇਬਲਡ ਬੰਦੇ ਦੀ ਹੈਲਪ ਕਰਨੀ ਵੀ ਉਹਨਾਂ ਦਾ ਇੱਕ ਮੋਰਲ ਡਿਊਟੀ ਹੈ, ਜਿੱਥੇ ਕਿ ਉਹ ਦੋਨੋਂ ਥਾਣੇਦਾਰ ਫੇਲ ਹੋਏ ਨੇ। ਪੁਲਿਸ ਵੱਲੋਂ ਕਾਰਵਾਈ ਕੀਤੀ ਗਈ? ਹਾਂ, ਮੈਨੂੰ ਹੁਣ ਲੈਟਰ ਰਿਸੀਵ ਹੋਇਆ SCP ਸਾਹਿਬ ਵੱਲੋਂ, ਅਤੇ ਉਹਨਾਂ ਨੇ ਬਲਕਿ ਸਵੇਰੇ ਮੇਰੇ ਨਾਲ ਗੱਲ ਕੀਤੀ, ਅਤੇ ਸਾਡੇ ਮਾਣਯੋਗ ਜਿਹੜੇ ਪ੍ਰਿੰਸੀਪਲ ਸੈਕਟਰੀ ਹੈ ਕੁਮਾਰ ਰਾਹਲ ਜੀ, ਉਹਨਾਂ ਦਾ ਵੀ ਸਵੇਰੇ ਫੋਨ ਆਇਆ ਹੈ, DHS ਮੈਡਮ ਦਾ ਵੀ ਮੈਨੂੰ ਸੰਪਰਕ ਆਇਆ, ਅਤੇ ਸਾਰੇ ਡਿਪਾਰਟਮੈਂਟ ਨੇ ਆਈ ਐਮ ਥੈਂਕਫੁੱਲ ਕਿ ਮੇਰਾ ਸਾਥ ਦਿੱਤਾ। ਅਤੇ ਇੱਕ ਰੈਗੂਲਰ ਇਨਕੁਆਇਰੀ ਹੈ ਜਿਹੜੀ ਉਹਨਾਂ ਦੇ ਖਿਲਾਫ, ਜਿਹੜੀ ਦੋਨੇ ਥਾਣੇਦਾਰਾਂ ਦੇ ਖਿਲਾਫ ਸ਼ੁਰੂ ਹੋਈ ਹੈ। ਹਾਂ, ਦੋਨੇ ਥਾਣੇਦਾਰ ਮੈਂ ਪਹਿਲਾਂ ਕਿਹਾ ਸਸਪੈਂਡ ਕਰ ਦਿੱਤੇ ਗਏ। ਸੰਤੁਸ਼ਟ ਹੋ ਸਰ ਕਾਰਵਾਈ? ਨੈਚੁਰਲੀ ਸੰਤੁਸ਼ਟ ਹਾਂ, ਜੋ ਇਨੀਸ਼ੀਏਟਿਵ ਲਿਆ ਗਿਆ ਉਹਦੇ 'ਚ ਆਈ ਐਮ ਥੈਂਕਫੁੱਲ ਟੂ ਦਾ ਅਥੋਰਟੀ। ਪਰ ਮੈਨੂੰ ਇਹ ਹੈ ਕਿ ਅੱਗੇ ਤੋਂ ਮਤਲਬ ਕਿ ਇਸ ਤਰ੍ਹਾਂ ਦੀ ਘਟਨਾ, ਕਿਉਂਕਿ ਪਿਛਲੇ ਸਾਲ ਵੀ ਮੈਨੂੰ ਬਾਅਦ 'ਚ ਜਿਵੇਂ ਪਤਾ ਲੱਗਿਆ, ਸਾਡੇ ACS ਸਾਹਿਬ ਜਿਹੜੇ ਓਫੀਸ਼ੀਏਟਿੰਗ ਸਿਵਲ ਸਰਜਨ ਸੀ, ਉਹਨਾਂ ਨੂੰ ਵੀ ਪਿਛਲੇ ਸਾਲ 15 ਅਗਸਤ 'ਤੇ ਚੇਅਰ ਨਹੀਂ ਸੀ ਉੱਥੇ, ਉਹਨਾਂ ਦੀ ਕੋਈ ਮਾਰਕ ਕੀਤੀ, ਉਹਨਾਂ ਨੂੰ ਵਿਚਾਲੇ ਛੱਡ ਕੇ ਆਉਣਾ ਪੈ ਗਿਆ ਸੀ। ਇਹ ਇੱਕ ਸਿਵਲ ਸਰਜਨ ਦੀ ਲਾ ਲਓ, ਇੱਕ ਹੈਲਥ ਡਿਪਾਰਟਮੈਂਟ ਦੀ ਤੋਹੀਨ ਦੇ ਬਰਾਬਰ ਹੈ।